एक आर्टिस्ट आवाज नहीं आ रही तेजेंद्र। वाहिरू आवाज नहीं आ रही, होना से नेटवर्क चला गया। वाहिरू 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 वाहे गुरु वाहे गुरु वाहे 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 गुरु 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 वाहि 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 गुरु वाहि गुरु वाहि गुरु वाहि गुरु वाहि वाहि गुरु वाहि गुरु वाहि वाहि गुरु वाहे गुरु वाहे गुरु वाह वाह वाहे गुरु वाहे गुरु वाहे गुरु वाहे गुरु वाहे 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 गुरु वाहे गुरु वाहे वाहे गुरु वाहे गुरु वाहे हाँ जी गुरु वाहिगुरु। हाँ जी आ रही गुरु बात वाहिगुरु जी। आ गई आ गई। हाँ जी मैं आप जी ना शेयर कर रही सी कि उत्थे रहरा साहब जी दे ना पाठ होए ते सारे वड्डे छोटे सब ने मिलके सांझ पाई ते उस तो बाद जदों सारा हो गई समाप्ति सब हो गया ते उन्होंने एक बड़ी अच्छी गल मतलब उन्होंने की कि आज तो बाद असि सारे इकट्ठे मिलके पाठ करे करेंगे। सानू बहुत आनंद आया कि असी नहीं ते जिवें वो वड्डे वीर जी वखरा कर रहे ने, नू वखरा कर रही है, वाइफ वखरा कर रही है, बेटा वखरा कर रहा है पाठ ते कहंदे सानू अज इन्ना आनंद आया संगत विच बैठ के कि पूरा परिवार ने मिलके बैठ के पाठ किया है ते उही बहुत संगत विच भागा वाले एहो जे परिवार ने जिथे सारे वड्डे बुजुर्ग बच्चे गांव उन्होंने अगे आने वाली पनीरी सारे बैठ के वो पाठ करे कीर्तन करे। बहुत बहुत कृपा है सतगुरु जी दी, शुक्र है। और कई कई साढ़े वर्गे फुटबॉल वांगू रेड़दे खेड़दे इथे तक संगत तक पहुंचे ने वाहिगुरु जी की कृपा नाल, आप जी दे संगत दे सारे नाल। असीस बख्शना वाहिगुरु जी।
ਅਸੀਸ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਦਾ ਨਾਮ ਹੈ ਗੁਰਦੁਆਰਾ ਸੁਧਾਰ ਲਹਿਰ, ਔਰ ਇਸ ਦੇ ਲੇਖਕ ਹਨ ਵਾਹਿਗੁਰੂ 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 ਸਰਦਾਰ ਨਰੈਣ ਸਿੰਘ ਜੀ। ਗੁਰਮਤ ਅੰਦਰ ਸੰਗਤ ਦਾ ਵੱਡਾ ਮਹੱਤਵ ਹੈ। ਸਤਿਗੁਰੂ ਨਾਨਕ ਦੇਵ ਜਿੱਥੇ ਵੀ ਜਾਂਦੇ ਸੰਗਤ ਕਾਇਮ ਕਰਦੇ ਅਤੇ ਸੰਗਤ ਦੇ ਜੁੜ ਬੈਠਣ ਦੀ ਥਾਂ ਦੀ ਸਥਾਪਨਾ ਕਰਾਉਂਦੇ। ਜਿੱਥੇ ਹਰ ਰੋਜ਼ ਸਵੇਰੇ ਸ਼ਾਮ ਸੰਗਤ ਜੁੜਦੀ ਰਹਿੰਦੀ ਅਤੇ ਸ਼ਬਦ ਕੀਰਤਨ ਤੇ ਕਥਾ ਵਾਰਤਾ ਹੁੰਦੇ। ਇਹਨਾਂ ਵਿੱਚੋਂ ਕਈ ਸੰਗਤਾਂ ਦੇ ਅਸਥਾਨ ਅਤੇ ਕਈਆਂ ਦੇ ਰਹੇ ਰਵੰਨੇ ਨਿਸ਼ਾਨ ਅਜੇ ਵੀ ਮਿਲਦੇ ਹਨ, ਜਿਨ੍ਹਾਂ ਵਿੱਚੋਂ ਯੂਪੀ ਵਿੱਚ ਨਾਨਕ ਮੱਤਾ, ਸੂਰਤ ਵਿੱਚ ਨਾਨਕਵਾੜਾ, ਦੱਖਣ ਵਿੱਚ ਮਿਰਜ਼ਾਪੁਰ, ਪੂਰਬ ਵਿੱਚ ਚਿੱਟਾ ਗੰਗ, ਹੈਦਰਾਬਾਦ, ਦੱਖਣ ਵਿੱਚ ਐਦਲਾਬਾਦ ਅਤੇ ਅਸਾਮ ਅੰਦਰ ਤੂਬੜੀ ਦੀਆਂ ਸੰਗਤਾਂ ਦੇ ਨਾਮ ਕਥਨ ਯੋਗ ਹਨ। ਸਤਿਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰਮਤ ਪ੍ਰਚਾਰ ਦੇ ਕੰਮ ਨੂੰ ਬਕਾਇਦੀ ਦੇਣ ਹਿਤ 22 ਮੰਜੀਆਂ ਅਤੇ 52 ਪੀੜੀਆਂ ਦੀ ਸਥਾਪਨਾ ਕੀਤੀ ਗਈ। ਭਾਵੇਂ ਹਰ ਪੀੜੇ ਦਾ ਵੀ ਆਪਣਾ ਮੁਖੀ ਹੁੰਦਾ, ਪਰ ਪੀੜੇ ਨੂੰ ਮੰਜੀ ਤੋਂ ਦੂਸਰਾ ਸਥਾਨ ਪ੍ਰਾਪਤ ਹੁੰਦਾ। ਇਹ ਸਾਰੇ ਇੱਕ ਤਰ੍ਹਾਂ ਦੇ ਗੁਰਮਤ ਪ੍ਰਚਾਰ ਕੇਂਦਰ ਹੁੰਦੇ ਅਤੇ ਇਨ੍ਹਾਂ ਸਭ ਥਾਈ ਧਰਮਸ਼ਾਲਾ ਹੁੰਦੀਆਂ। ਭਾਈ ਗੁਰਦਾਸ ਜੀ ਦਾ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਇਸੇ ਪ੍ਰਬੰਧ ਅਤੇ ਥਾਂ ਥਾਂ ਸਥਾਪਿਤ ਹੋਈਆਂ ਸੰਗਤਾਂ ਦਾ ਸੰਕੇਤ ਦਿੰਦਾ ਹੈ। ਇਸ ਦੀ ਸਾਖ ਭਾਈ ਸੇਵਾਦਾਸ, ਜਿਸ ਨੇ ਸੰਨ 1588 ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖੀ, ਵੀ ਭਰਦਾ ਹੈ। ਸਤਿਗੁਰੂ ਸਾਹਿਬਾਨ ਦੇ ਆਪਣੀ ਰਿਹਾਇਸ਼ ਵਾਲੇ ਮੁੱਖ ਅਸਥਾਨਾਂ ਹੈੱਡਕੁਆਟਰਸ ਤੇ ਅਜਿਹੀਆਂ ਸੰਗਤਾਂ ਅਤੇ ਧਰਮਸ਼ਾਲਾਵਾਂ ਦਾ ਸਥਾਪਿਤ ਹੋਣਾ ਤਾਂ ਜ਼ਰੂਰੀ ਸੀ ਹੀ। ਅਜਿਹੇ ਸਥਾਨਾਂ ਵਿੱਚ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੇ ਨਾਮ ਆਉਂਦੇ ਹਨ, ਜਿਸ ਤੋਂ ਪਿੱਛੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਜੀ ਦੀ ਨੀਂਹ ਧਰੀ ਤੇ ਸਰੋਵਰ ਦੀ ਰਚਨਾ ਕੀਤੀ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਤਰਨ ਤਾਰਨ ਸਾਹਿਬ ਅਤੇ ਕਰਤਾਰਪੁਰ ਜਲੰਧਰ ਦੇ ਗੁਰੂ ਅਸਥਾਨ ਬਣਵਾਏ। ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਅਤੇ ਕੀਰਤਪੁਰ ਆਦਿ ਅਤੇ ਇਸ ਤਰ੍ਹਾਂ ਬਾਅਦ ਵਿੱਚ ਸਮੇਂ ਦੀ ਲੋੜ ਅਨੁਸਾਰ ਆਨੰਦਪੁਰ ਸਾਹਿਬ ਜਿਹੇ ਅਸਥਾਨਾਂ ਦੀ ਸਥਾਪਨਾ ਹੁੰਦੀ ਰਹੀ। ਸਤਿਗੁਰੂ ਸਾਹਿਬਾਨ ਹੱਥੀ ਸਥਾਪਿਤ ਹੋਏ ਅਜਿਹੇ ਸਥਾਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਥਾਵਾਂ ਤੇ ਸਿੱਖਾਂ ਵੱਲੋਂ ਗੁਰੂ ਦੀਆਂ ਯਾਦਾਂ ਕਾਇਮ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਨਨਕਾਣਾ ਸਾਹਿਬ, ਸੱਚਾ ਸੌਦਾ, ਪੰਜਾ ਸਾਹਿਬ, ਦੇਹਰਾ ਸਾਹਿਬ ਲਾਹੌਰ, ਸੀਸਗੰਜ ਤੇ ਰਕਾਬਗੰਜ ਸਾਹਿਬ ਦਿੱਲੀ,
ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਉਸ ਤੋਂ ਵੀ ਪਿੱਛੋਂ ਸ਼ਹੀਦ ਸਿੰਘਾਂ ਤੇ ਸਿੰਘਣੀਆਂ ਦੀ ਯਾਦ ਵਿੱਚ ਸ਼ਹੀਦ ਗੰਜ ਕਾਇਮ ਹੋਈ। ਇਹਨਾਂ ਸਭ ਥਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਨੇ ਇਹਨਾਂ ਨੂੰ ਗੁਰਦੁਆਰੇ ਦਾ ਨਾਮ ਦਿੱਤਾ। ਸਿੱਖ ਧਰਮ ਦਾ ਵਿਸ਼ਵਾਸ ਕਿ ਸ਼ਬਦ ਗੁਰੂ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਗੁਰੂ ਦੀ ਸਦਾ ਸਾਥਿਰ ਜਾਗਦੀ ਜੋਤ ਹੈ। ਹਰ ਸਥਾਨ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪੂਰਨ ਸਤਿਕਾਰ ਦਾ ਥਾਂ ਦਿੰਦਾ ਹੈ ਅਤੇ ਹਰ ਸਿੱਖ ਲਈ ਰੋਜ਼ਾਨਾ ਸਵੇਰੇ ਗੁਰੂ ਕੇ ਦਰਸ਼ਨ ਤੇ ਪਾਠ ਦੀ ਤਾਕੀਦ ਸਿੱਖ ਦੇ ਦਿਲ ਅੰਦਰ ਗੁਰਦੁਆਰੇ ਦੀ ਮਹੱਤਤਾ ਨੂੰ ਹੋਰ ਵਧਾ ਦਿੰਦੀ ਹੈ। ਇਸ ਤਰ੍ਹਾਂ ਗੁਰਦੁਆਰਾ ਸਿੱਖ ਦੇ ਨਿਤਾ ਪ੍ਰਤੀ ਜੀਵਨ ਦਾ ਇੱਕ ਹੋਰ ਮਹੱਤਵਪੂਰਨ ਭਾਗ ਹੈ ਅਤੇ ਇਸ ਤੋਂ ਬਿਨਾਂ ਸਿੱਖ ਜੀਵਨ ਅਧੂਰਾ ਰਹਿ ਜਾਂਦਾ ਹੈ। ਹਰ ਗੁਰਦੁਆਰੇ ਦੀ ਸਥਾਪਨਾ ਦੇ ਨਾਲ ਹੀ ਇੱਥੇ ਹੋਰ ਹੋਣ ਵਾਲੀ ਪੂਜਾ ਪਾਠ ਤੇ ਸਤ ਸੰਗਤਾਂ ਦੇ ਜੋੜ ਮੇਲਿਆਂ ਦੀ ਸੌਂਪਨਾ ਕਿਸੇ ਯੋਗ ਹਸਤੀ ਨੂੰ ਕੀਤੀ ਜਾਂਦੀ ਰਹੀ, ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਦਰ ਸ੍ਰੀ ਆਦਿ ਗ੍ਰੰਥ ਜੀ ਦੇ ਪਹਿਲੇ ਪ੍ਰਕਾਸ਼ ਦੇ ਨਾਲ ਹੀ ਇਸ ਦੀ ਸੇਵਾ ਸੰਭਾਲ ਸਨ 1604 ਵਿੱਚ ਬਾਬਾ ਬੁੱਢਾ ਜੀ ਨੂੰ ਕੀਤੀ ਗਈ, ਜੋ 16 ਨਵੰਬਰ 1631 ਤੱਕ ਇਹ ਸੇਵਾ ਕਰਦੇ ਰਹੇ। ਉਪਰੰਤ 24 ਅਗਸਤ 1636 ਤੱਕ ਭਾਈ ਗੁਰਦਾਸ ਜੀ ਨੇ ਇਹ ਸੇਵਾ ਨਿਭਾਈ। ਉਹਨਾਂ ਤੋਂ ਪਿੱਛੋਂ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਰਤਪੁਰ ਵੱਲ ਚਲੇ ਜਾਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਗੁਰੂ ਘਰ ਦੇ ਵਿਰੋਧੀ ਸੋਢੀ ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਚਲੇ ਜਾਣ ਦੀ ਸੰਭਾਵਨਾ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਅੰਦਰੋਂ ਦਰਵਾਜ਼ੇ ਬੰਦ ਕਰਕੇ ਵਾਪਸ ਪਰਤ ਜਾਣ ਲਈ ਮਜਬੂਰ ਕੀਤਾ, ਜਿਸ ਤੇ ਆਪ ਬਿਨਾਂ ਦਰਸ਼ਨ ਕੀਤੇ ਵਾਪਸ ਵੇਰਕੇ ਨੂੰ ਚਲੇ ਗਏ। ਸਨ 1699 ਵਿੱਚ ਜਦੋਂ ਸ੍ਰੀ ਹਜ਼ੂਰ ਦਸਮੇਸ਼ ਪਾਤਸ਼ਾਹ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਵਿੱਧ ਬਣਾਈ ਅਤੇ ਸੰਗਤ ਕੀਨੀ ਖਾਲਸਾ, ਤਾਂ ਆਪ ਨੇ ਭਾਈ ਮਨੀਆ ਜੀ ਜੋ ਉਸ ਸਮੇਂ ਦੇ ਗੁਰਬਾਣੀ ਦੇ ਮਹਾਨ ਕਥਾਕਾਰ ਸਨ ਨੂੰ ਅੰਮ੍ਰਿਤ ਛਕਾ ਕੇ ਭਾਈ ਮਣੀ ਸਿੰਘ ਜੀ ਦਾ ਨਾਮ ਬਖਸਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਦੀ ਸੇਵਾ ਸੌਂਪਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਭੇਜ ਦਿੱਤਾ। ਉਹਨਾਂ ਦੇ ਨਾਲ ਭਾਈ ਭੂਪਤ ਸਿੰਘ ਆਦਿ 5 ਸਿੰਘ ਵੀ ਭੇਜੇ। ਭਾਈ ਮਨੀ ਸਿੰਘ ਜੀ ਨੇ ਲਗਭਗ 35 ਸਾਲ ਇਹ ਸੇਵਾ ਕੀਤੀ ਅਤੇ ਅਖੀਰ ਵਿੱਚ ਸੇਵਾ ਨੂੰ ਨਿਭਾਉਂਦੇ ਹੋਏ
24 जून सन 1734 ਨੂੰ ਆਪਣੀ ਉਮਰ ਦੇ 90ਵੇਂ ਸਾਲ ਵਿੱਚ ਲਾਹੌਰ ਚੌਂਕ ਨਖਾਸ ਅੰਦਰ ਬੰਦ ਬੰਦ ਕੱਟ ਕੇ ਸ਼ਹੀਦ ਕੀਤੇ ਗਏ। ਇਸ ਸਮੇਂ ਅੰਦਰ ਜਦ ਕਦੀ ਵੀ ਸਿੱਖਾਂ ਅੰਦਰ ਕਿਸੇ ਗੱਲ ਤੇ ਆਪੋ ਵਿੱਚ ਕੋਈ ਵਿਰੋਧ ਹੋਇਆ ਤਾਂ ਉਸ ਦੇ ਨਿਪਟਾਰੇ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਓਟ ਲਈ ਗਈ। ਤਤ ਖਾਲਸਾ ਤੇ ਬੰਦੀਆਂ ਵਿਚਾਲੇ ਝਗੜਾ ਹੋ ਜਾਣ ਤੇ ਵੀ ਇੱਥੋਂ ਹੀ ਆਖਰੀ ਫੈਸਲਾ ਲਿਆ ਗਿਆ, ਜਿਸ ਨੂੰ ਸਭ ਨੇ ਪ੍ਰਵਾਨ ਕੀਤਾ। ਇਹ ਲਗਭਗ 50 ਸਾਲ ਦਾ ਉਹ ਸਮਾਂ ਸੀ ਜਦੋਂ ਵਕਤ ਦੀ ਹਕੂਮਤ ਵੱਲੋਂ ਵਾਰ ਵਾਰ ਹੁਕਮ ਜਾਰੀ ਕੀਤੇ ਜਾਂਦੇ ਰਹੇ ਕਿ ਸਿੱਖ ਜਿੱਥੇ ਵੀ ਮਿਲੇ ਕਤਲ ਕਰ ਦਿੱਤਾ ਜਾਏ, ਬਲਕਿ ਸਿੱਖ ਦਾ ਸਿਰ ਕੱਟ ਕੇ ਪੇਸ਼ ਕਰਨ ਵਾਲੇ ਨੂੰ ਵਿਸ਼ੇਸ਼ ਇਨਾਮ ਮਿਲਦਾ ਸੀ। ਅਜਿਹੀ ਹਾਲਤ ਵਿੱਚ ਸਿੱਖਾਂ ਦਾ ਜੰਗਲਾਂ, ਬਿਆਬਾਨਾਂ ਅਤੇ ਬੀਕਾਨੇਰ ਦੇ ਮਾਰੂਥਲਾਂ ਨੂੰ ਨਿਕਲ ਜਾਣਾ ਸੁਭਾਵਿਕ ਸੀ। ਭਾਵੇਂ ਸਮੇਂ ਸਮੇਂ ਇੱਕੜ ਦੁੱਕੜ ਸਿੰਘ ਕਿਸੇ ਗੁਰਦੁਆਰੇ ਦੀ ਬੇਰੁਮਤੀ ਹੋਣ ਦੀ ਸਹੁੰ ਪਾ ਕੇ ਦੋਸ਼ੀਆਂ ਨੂੰ ਸੋਧਣ ਲਈ ਛਾਪੇ ਮਾਰਦੇ ਅਤੇ ਆਪਣਾ ਕੰਮ ਕਰਕੇ ਮੁੜ ਜੰਗਲਾਂ ਵਿੱਚ ਜਾ ਵੜਦੇ, ਜਿਸ ਤਰ੍ਹਾਂ ਕਿ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਭਾਈ ਮਹਿਤਾਬ ਸਿੰਘ, ਮੀਰਾ ਕੋਟੀਏ ਤੇ ਭਾਈ ਸੁੱਖਾ ਸਿੰਘ ਕੰਬੋਕੀ ਨੇ ਬੀਕਾਨੇਰੋਂ ਚੱਲ ਕੇ ਮੱਸੇ ਰੰਗੜ ਦਾ ਸਿਰ ਕੱਟ ਕੇ ਲੈ ਜਾਣ ਲਈ ਛਾਪਾ ਮਾਰਿਆ ਸੀ। ਉਸ ਸਮੇਂ ਕਿਸੇ ਸਿੱਖ ਦਾ ਸਿੰਘ ਦੇ ਸਰੂਪ ਅੰਦਰ ਕਿਸੇ ਗੁਰਦੁਆਰੇ ਦੀ ਸੇਵਾ ਕਰਦੇ ਰਹਿਣਾ ਸੰਭਵ ਨਹੀਂ ਸੀ, ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਜੋ ਥੋੜੀ ਬਹੁਤ ਹੁੰਦੀ ਰਹੀ ਉਹ ਉਦਾਸੀ ਸੰਪਰਦਾ ਦੇ ਸਾਧੂਆਂ ਜਾਂ ਕਿਧਰੇ ਕਿਧਰੇ ਨਿਰਮਲੇ ਸੰਤਾਂ ਨੇ ਕੀਤੀ। ਇਹਨਾਂ ਦੋਹਾਂ ਸੰਪਰਦਾਵਾਂ ਦੇ ਅਨੁਯਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਤਾਂ ਸ਼ੁਰੂ ਤੋਂ ਹੀ ਕਰਦੇ ਆਏ ਸਨ। ਸੋ ਉਸ ਸਤਿਕਾਰ ਦਾ ਸਦਕਾ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਥੋੜਾ ਬਹੁਤ ਪੂਜਾ ਪਾਠ ਦੀ ਮਰਿਆਦਾ ਕਾਇਮ ਰਹੀ। ਗੁਰਦੁਆਰਿਆਂ ਦੀ ਸੰਭਾਲ ਦਾ ਇਹ ਸਿਲਸਿਲਾ ਲਗਭਗ 200 ਸਾਲ ਜਾਰੀ ਰਿਹਾ। ਇਸ ਨੂੰ ਇਤਿਹਾਸਕ ਇਸ ਸਮੇਂ ਨੂੰ ਇਤਿਹਾਸਕ ਪੱਖ ਤੋਂ ਅਸੀਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ, 50 ਤੋਂ 55 ਸਾਲ ਦਾ ਉਹ ਸਮਾਂ ਸੀ ਜਦੋਂ ਮੁਗਲੀ ਹਕੂਮਤ ਹੱਥ ਧੋ ਕੇ ਸਿੱਖਾਂ ਪਿੱਛੇ ਪਈ ਹੋਈ ਅਤੇ ਅਹਿਮਦ ਸ਼ਾਹ ਅਬਦਾਲੀ, ਜੋ ਭਾਵੇਂ ਮੁਗਲਾਂ ਦਾ ਵੀ ਸਫਾਇਆ ਕਰ ਰਿਹਾ ਸੀ, ਨੂੰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇਣ ਲਈ ਤਤਪਰ ਕਰ ਰਹੀ ਸੀ। ਅਬਦਾਲੀ ਨੂੰ ਇਹ ਨਿਸ਼ਚੇ ਕਰਾਇਆ ਗਿਆ ਸੀ ਕਿ ਸਿੱਖਾਂ ਦੀ ਜ਼ਿੰਦਗੀ ਅਤੇ ਇਹਨਾਂ ਦੀ ਬਹਾਦਰੀ ਦਾ ਰਾਜ਼ ਕੇਵਲ ਗੁਰਦੁਆਰਾ ਹਰਿਮੰਦਰ ਸਾਹਿਬ ਜੀ
ਅਤੇ ਅੰਮ੍ਰਿਤਸਰ ਸਰੋਵਰ ਹਨ। ਇਹ ਅਜਿਹਾ ਆਬੇ ਹਯਾਤ ਹੈ ਕਿ ਅਤਿ ਜ਼ਖਮੀ ਹੋਇਆ ਤੇ ਮਰ ਰਿਹਾ ਸਿੱਖ ਵੀ ਇਸ ਦੇ ਦਰਸ਼ਨ ਅਤੇ ਇਸ਼ਨਾਨ ਕਰਕੇ ਵੱਡੇ ਜੰਗਬਾਜ਼ ਨਾਲ ਲੋਹਾ ਲੈਣ ਲਈ ਤਤਪਰ ਹੋ ਜਾਂਦਾ ਹੈ। ਇਹ ਸੂਚਨਾ ਮਿਲਣ ਤੇ ਅਬਦਾਲੀ ਨੇ ਹਰਿਮੰਦਰ ਸਾਹਿਬ ਜੀ ਨੂੰ ਢਾਹ ਦੇਣ ਅਤੇ ਸਰੋਵਰ ਦੇ ਪੂਰ ਦੇਣ ਦੇ ਹੁਕਮ ਜਾਰੀ ਕੀਤੇ ਅਤੇ ਇਹਨਾਂ ਨੂੰ ਢਹਿ ਢੇਰੀ ਕੀਤਾ ਗਿਆ। ਇਹ ਨਿਰਾ ਉਸ ਸਮੇਂ ਦੀ ਹਕੂਮਤ ਅਤੇ ਬਾਹਰ ਤੋਂ ਆਏ ਹਮਲਾਵਾਰਾਂ ਦਾ ਹੀ ਨਿਸ਼ਚਾ ਨਹੀਂ ਸੀ ਕਿ ਸਿੱਖਾਂ ਦੇ ਗੁਰਦੁਆਰੇ ਤੇ ਸਰੋਵਰ ਸਿੱਖਾਂ ਦੀ ਸ਼ਕਤੀ ਦੇ ਸੋਮੇ ਹਨ, ਬਲਕਿ ਜਿਵੇਂ ਅਸੀਂ ਅੱਗੇ ਚੱਲ ਕੇ ਵੇਖਾਂਗੇ ਕਿ ਇਹ ਨਿਸ਼ਚਾ ਮੁਗਲਾਂ ਤੋਂ ਪਿੱਛੋਂ ਆਏ ਸਮੂਹ ਹੁਕਮਰਾਨਾਂ ਦਾ ਰਿਹਾ ਹੈ। ਪਰ ਇੱਥੇ ਕੇਵਲ ਇੰਨਾ ਹੀ ਦੱਸਣਾ ਹੈ ਕਿ ਇਸ 50 ਤੋਂ 55 ਸਾਲਾਂ ਦੇ ਸਮੇਂ ਅੰਦਰ ਸਿੱਖਾਂ ਦਾ ਗੁਰਦੁਆਰਿਆਂ ਨਾਲ ਕੇਵਲ ਇਤਨਾ ਕੁ ਸੰਬੰਧ ਹੀ ਸੀ ਕਿ ਉਹ ਹਨੇਰੇ ਸਵੇਰੇ ਚੋਰੀ ਛੁਪੀ ਆ ਕੇ ਇਹਨਾਂ ਦੇ ਦਰਸ਼ਨ ਕਰ ਜਾਣ ਜਾਂ ਸਰੋਵਰ ਵਿੱਚ ਇਸ਼ਨਾਨ ਕਰ ਜਾਣ। ਇਸ ਤੋਂ ਵੱਧ ਇਹਨਾਂ ਦੀ ਸੇਵਾ ਸੰਭਾਲ ਜਾਂ ਪੂਜਾ ਪਾਠ ਬਾਰੇ ਉਹਨਾਂ ਨੂੰ ਨਾ ਕੁਝ ਪਤਾ ਸੀ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਸਨ। ਇਹ ਨਿਰੋਲ ਤੇ ਕੇਵਲ ਸੰਪਰਦਾਇ ਸਾਧੂਆਂ ਦੇ ਵਸ ਅਤੇ ਉਹਨਾਂ ਦੇ ਕਰਨ ਦੀ ਗੱਲ ਸੀ। ਵਾਹਿਗੁਰੂ ਜੀ, ਬਾਕੀ ਮੈਂ ਬਾਅਦ ਚ ਪੜ੍ਹਨਾ, ਸਮਾਂ ਫਿਰ ਹੋ ਜਾਏਗਾ। ਵੀਰ ਜੀ ਪੜ੍ਹਾਂਗੇ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।